ਰਿਜੈਕਟ ਹੈ। ਹੁਣ ਰਿਜੈਕਟ ਕਾਦਾ ਬਾਜੀ ਹੈ ਕਿ ਕਹਿਣ ਦੀ ਬਾਜੀ ਓਏ ਕੀ ਕੀ ਹੋ ਓ ਭਾਈ ਓ ਭਾਈ ਮੂੰਹੋਂ ਨਿਕਲ ਗਿਆ ਤੇ ਮੂੰਹ ਚ ਸੰਧੂ ਸਾਹਿਬ ਪਾਉਂਦੇ ਕਿ ਉਹ ਮੇਰੀ ਗੱਲ ਸੁਣ ਭਰਾਵਾ ਨਾ ਦਿਨ ਕੋ ਸਕੂਨ ਨਾ ਰਾਤ ਕੋ ਚੈਨ ਕਿਹੜਾ ਜੇ ਹੋਵੇ ਮੇਰੇ ਪੈਰ ਨਾਲ ਸਾਰਾ ਹੱਲ ਕੇ ਤੈਨੂੰ ਮੈਂ ਤਾਂ ਬੁੱਢੀ ਆਦੀ ਮਾਰ ਚੱਲ ਕੀ ਕੋਣ ਆ ਜੂ ਰਿਜੈਕਟ ਪੁੱਤਰ ਕੀ ਰਿਜੈਕਟ ਹੁਣ ਸਾਡੀ ਵਾਰੀ ਏ ਮੈਡਮ ਜ਼ਰਾ ਕਰ ਬਹੁਤ ਹੋਇਆ ਨਹੀਂ ਮਾਰਿਆ ਬੱਚਿਆ ਉਧਰ ਜਾ ਅੱਛਾ ਮੈਂ ਕਿਹਾ ਇਧਰੋਂ ਕੰਮ ਤਿਆਰ ਹੋਏਗਾ ਤਾਂ ਸਿੱਧਾ ਜੇਬ ਕੁਬਾ ਦੇ ਵਿੱਚ ਮੈਡਮ ਓਏ ਜਾ ਓਏ ਮੰਨ ਗਈ ਅੰਦਰ ਜਾ ਕੇ ਪਾਣੀ ਗਰਮ ਕਰੋ ਵਿੱਚ ਬੇੜੀ ਦੇ ਪੱਤੇ ਪਾ ਲਵੋ ਤੁਹਾਨੂੰ ਯਕੀਨ ਹੈ ਮੈਂ ਮਾਰ ਛੱਡਣੀ ਆ ਤੂੰ ਉੱਥੇ ਦੰਦੀ ਨਾ ਵੱਡੀ ਆ ਤਾਂ ਮੈਂ ਨੌਕਰ ਲਾ ਰਿਹਾ ਪੁੱਤੇ ਉੱਤੇ ਚਵਲੇ ਜਾਂਦੀਏ ਮੇਰੀ ਗੱਲ ਸੁਣੋ ਜੀ ਆਪਕੋ ਮੈਂ ਕੈਸਾ ਲੱਗਤਾ ਹੂੰ ਮੇਰੀ ਗੱਲ ਸੁਣ ਐ ਫੋਨ ਕਰੋ ਕੋਨੇ ਮਨ ਟੂਟੇ ਬੱਚੇ ਨਾਲ ਜ਼ਿਆਦਤੀ ਹੋਣ ਢਈ ਰਹੀ ਅੰਨੀ ਮਾਰਿਆ ਬੱਕਰੀ ਚੁੱਪ ਰਹਿ ਮੇਰੀ ਗੱਲ ਸੁਣੋ ਜੀ ਮੈਡਮ ਮੈਨੂੰ ਬੰਦਾ ਉਹ ਚਾਹੀਦਾ ਸੋਹਣਾ ਗੱਭਰੂ ਜਵਾਨ ਜਿਹਦੀ ਐ ਚੋੜੀ ਛਾਤੀ ਹੋਵੇ ਠੀਕ ਹੈ ਤੇਰੀ ਭਾਨੂ ਚੌਥੇ ਫੇਰੇ 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 ਉਹ ਜਾ ਸਾੜਿਆ ਗੱਲ ਤੇ ਕੰਮ ਮੇਰੀ ਗੱਲ ਸੁਣ ਲੈ ਬਾਬੀ ਬਾਬੀ ਚਲ ਜਾ ਵੇ ਹੱਸਦੀ ਕਿੱਡਾ ਜੋੜਾ ਭਾਈ ਮੁੰਡਾ ਚਾਹੀਦਾ ਸੋਹਣਾ ਗੱਭਰੂ ਜਵਾਨ ਅੱਛਾ ਜਿਹਦੀ ਐ ਮੇਰੀ ਗੱਲ ਸੁਣ ਕੇਂਦਰਾ ਮੁੰਡਾ ਕਿਹਦੀ ਕੋਠੀ ਅੱਛਾ ਅੱਛਾ ਸੋਹਣਾ ਮੁੰਡਾ ਹੋਵੇ ਸੋਹਣਾ ਗੱਭਰੂ ਜਵਾਨ ਹੋਵੇ ਵੈਰੀ ਗੁੱਡ ਜਿਹਦੀ ਐ ਛੋੜੀ ਛਾਤੀ ਹੋਵੇ ਠੀਕ ਹੈ ਠੀਕ ਹੈ ਜਿਹਦੇ ਕੋਲ ਬੈਂਕ ਬੈਲੈਂਸ ਕੋਠੀ ਤੇ ਗੱਡੀ ਹੋਵੇ ਇੰਜ ਦਾ ਕੋਈ ਮੁੰਡਾ ਆਇਆ ਮੈਨੂੰ ਵੀ ਦੱਸੀ ਮੈਂ ਵੀ ਭੈਣ ਵੀ ਆਉਂਦੀ ਇਹ ਵੀਰ ਹੋਵੇ ਗੱਡੀ ਗੁੱਡੀ ਹੋਵੇ ਇਹਦੇ ਨਾਲ ਵਿਆਹ ਕਰ ਲਾ ਜਾਤੀ ਤਿੰਨ ਗੱਡੀਆਂ ਉਹ ਦੱਸੋ ਇਹਨੂੰ ਆ ਆਸੀਆ ਨਸਰੀਨ ਤੇ ਕਲਟਸ ਆਰਾਮ ਦੇ ਆ ਆਸੀਆ ਨਸਰੀਨ ਤੇ ਕਲਟਸ ਨੂੰ ਤੇਲ ਲੱਗਦਾ ਤੇ ਆਸੀਆ ਨਸਰੀਨ ਇਹ ਹੋਰ ਭੈਣ ਨਸਰੀਨ ਵੇ ਚੱਲ ਵੇ ਪਰਾ ਮਾਸ਼ਾਅੱਲਾ ਸ਼ਾਦੀ ਹੋਈ ਤੁਹਾਡੀ ਨਹੀਂ ਇਹਨੇ ਸਾਡੇ ਤੇ ਵੀ ਪੱਖਾ ਸੁਣ ਤੁਹਾਡੀ ਭੈਣ ਨੂੰ ਤੁਹਾਡੀਆਂ ਤਲਾਕਾਂ ਉੱਥੇ ਟੰਗੀਆਂ ਜਿੱਥੇ ਬਿਜਲੀ ਦੇ ਬਿੱਲ ਟੰਗੀ ਦੇ ਆ ਤੇਰੇ ਨਾਲ ਸਾਹ ਚੱਲ ਇਹਦੀ ਭੈਣ ਨੂੰ ਤੇਰੇ ਅਗਲੀ ਜਨਾਨੀ ਨੂੰ ਬੰਦਾ ਮਨਾਮ ਨੂੰ ਕੇ ਵੱਡੇ ਹੋਟਲ 'ਚ ਲੈ ਕੇ ਜਾਵੇ ਨਾ ਉੱਥੇ ਜਾ ਕੇ ਕਹਿੰਦੀਆਂ ਹਾਈ ਸਾਹਿਬ ਮੈਂ ਤਾਂ ਨਹੀਂ ਤੇ ਗੰਦੇ ਕੰਮ ਕਰਦੇ ਅੱਗੋ ਚੁੱਪ ਖਲੋਤਾ ਅੰਮੀ ਬੁਲਾ ਰਹੇ ਨੇ ਚਲਾ ਗਿਆ ਕੌਣ
ਅੱਛਾ ਤੁਹਾਡੇ ਨਾਲ ਪਿਆਰ ਕਰਨਾ ਹੋਵੇ ਕਿੰਨੇ ਪੈਸੇ ਲਵੋਗੇ? ਕਿਹੜਾ ਪਿਆਰ ਮਰੇ? ਕਿੰਨੇ ਪੈਸੇ ਤੁਹਾਡੇ ਨਾਲ ਪਿਆਰ ਦੀ ਗੱਲ ਕੋਈ ਕਰਨੀ ਹੋਵੇ ਕਿੰਨੇ ਪੈਸੇ ਲਵੋਗੇ? ਪਿਆਰ ਲੈਂਡ ਕਰੋਜ਼ਰ ਉਹ ਲਈ ਆ ਲਾ ਪਿਆਰ ਕਰਨਾ ਹੋਵੇ ਤੁਹਾਡੇ ਨਾਲ ਕਿੰਨੇ ਪੈਸੇ? ਪਿਆਰ ਕਿਵੇਂ ਦਾ? ਨਹੀਂ ਤਾਂ ਆਲਾ ਤੋਂ ਡਾਂਸ ਆਲਾ ਆਈ ਲਵ ਯੂ ਭਾਈ, ਤੁਸੀਂ ਚੰਗੇ ਭਲੇ ਮੋਸਸ ਬੰਦੇ ਹੋ, ਕੀ ਗੱਲਾਂ ਕਰਦੇ? ਸਾਡਾ ਵੀ ਤਰਾ ਕੱਢੀ ਜਾਂਦੇ ਜੀ ਸੂਪਈ ਸੂਪਈ ਬੋਲੀ ਪੀ ਲਾ ਮੇਰਾ ਉਸਤਾਦ ਜੀ।
ਮੈਂ ਭੈਣ ਕਰ ਛੱਡੀਆਂ ਮੇਰੇ ਸਤਾਨ ਨੂੰ ਵੈਪਰ ਮਾਰਿਆ ਜੁੱਤੀ ਨਹੀਂ ਨਹੀਂ ਲੱਥੜੀ ਚਾਹੀਦੀ ਹੈ ਉਸਤਾਦ ਜੀ ਉਸਤਾਦ ਜੀ ਨਾ ਮੈਂ ਨਾ ਤੁਹਾਨੂੰ ਕੁੜਤੀ ਵੀ ਗਿੱਲੀ ਗਿੱਲੀ ਵੀ ਗਿੱਲਾ ਗਿੱਲਾ ਪਿੰਡੇ ਤੇ ਫਿਰਿਆ ਮਾਇਆ ਹੱਥ ਤੇਰਾ ਢਿੱਲਾ ਢਿੱਲਾ ਕੋਠੇ ਉੱਤੇ ਸੁੱਤੀ ਸਾ ਨਹੀਂ ਤੇ ਲਾਸ਼ ਧੌਣ ਲੱਥ ਜਾਣੀ ਜੇ ਚਲੋ ਸੁਣਾਓ ਜਦੋਂ ਸੋਵਾਂ ਮਾਹੀ ਦੇ ਨੇੜੇ ਹੋਵਾਂ ਮੰਜੀ ਦੇ ਵਿੱਚ ਡਾਂਗ ਫੇਰਦਾ ਕੋਠੇ ਉੱਤੇ ਕੋਠੇ ਉੱਤੇ ਕੀ ਤੁਹਾਡੀ ਅੰਮੀ ਨਾਲ ਜ਼ਿਆਦੀ ਹੋਈ ਹੈ ਜਿਹੜਾ ਤੁਸੀਂ ਕੋਠਾ ਨਹੀਂ ਭੁੱਲ ਰਹੇ ਉਹ ਮੂੰਹੋਂ ਨਿਕਲ ਜਾਂਦਾ ਤੇ ਤੁਸੀਂ ਵੀ ਮੂੰਹ ਚ ਪਵਾਉਂਦੇ ਹੋ ਗਾਣਾ 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 ਉਸਤਾਦ ਜੀ ਸਹੀ ਜਿਹੜਾ ਮਜ਼ਾ ਆਵੇ ਸਾਨੂੰ ਮੈਂ ਸੁਣਨ ਲੱਗਾ ਤੁਸੀਂ ਅਕਰਮ ਰਾਈ ਸਾਹਿਬ ਦਾ ਨਾਂ ਸੁਣਿਆ ਹੋਇਆ ਵੱਡੀ ਦੁਨੀਆ ਟਰਾਲੀਆਂ ਵਾਲਾ ਹਾਂਜੀ ਉਹ ਮੇਰੇ ਵੱਡੇ ਭਾਈ ਨੇ ਤੇ ਮੈਂ ਉਹਨਾਂ ਦਾ ਛੋਟਾ ਭਾਈ ਹਾਂ ਉਹਨਾਂ ਦਾ ਨਾਂ ਅਕਰਮ ਰਾਈ ਤੇ ਮੇਰਾ ਨਾਂ ਹੈ ਫਜ਼ੂਲ ਰਾਈ ਮੈਂ ਵੀ ਅਮਰ ਲਿਆ ਕਰਦਾ ਛੋਟਾ ਭਰਾ ਡਾਕਟਰ ਵਾਸ਼ਰ ਲਿਆ ਕਰਜੇ ਹੈ ਗਾਣਾ ਸਹੀ ਕੋਠੇ ਉੱਤੇ ਸੀਨੇ ਉੱਤੇ ਪਿੱਛੂ ਲੜਿਆ ਕੀ ਭੈਣ ਨੂੰ ਸੋਜਾਂ ਪਵਾਉਣੀਆਂ ਨੀ ਹਰਾਮ ਦੇ ਉਸਤਾਦਾ ਉੱਡ ਕੋਠੇ ਤੂੰ ਟੀਵੀ ਤੇ ਗਾਇਆ ਕਰ ਉਹ ਕਿਉਂ ਬੰਦਾ ਚੈਨਲ ਚੇਂਜ ਕਰ ਲੈ